ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਕੁਐਸਚਨ ਪੇਪਰ ਸ਼ੇਅਰ ਕਰਨ ਕਰਨ ਲੱਗੀ ਆ ਜੀ ਕੈਮਿਸਟਰੀ ਦਾ ਪੇਪਰ ਦਾ ਨਾਮ ਹੈ ਜੀ ਇਨオーਰਗੈਨਿਕ ਕਾ ਮਿਸਟਰੀ ਬੀ ਇਸ ਤੋਂ ਪਹਿਲਾਂ ਫਿਜ਼ੀਕਲ ਕੈਮਿਸਟਰੀ ਏ ਦੀ ਵੀਡੀਓ ਵੀ ਅਪਲੋਡ ਮੈਂ ਕਰ ਚੁੱਕੀ ਆ ਜੀ ਕੁਐਸਚਨ ਪੇਪਰ ਤੇ ਸੋ ਹੋਰ ਵੀ ਵੀਡੀਓਜ਼ ਨੂੰ ਦੇ ਨੋਟੀਫਿਕੇਸ਼ਨ ਲੈਣ ਦੇ ਲਈ ਵੀਡੀਓ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਅੱਜ ਆਪਾਂ ਗੱਲ ਕਰਨੀ ਹੈ ਜੇ ਕੈਮਿਸਟਰੀ ਦੀ ਇਨ ਇਨ ਆਰਗੈਨਿਕ ਕੈਮਿਸਟਰੀ ਵੀ ਬੀਏ ਬੀਐਸਸੀ ਜਰਨਲ 6 ਸੈਮੈਸਟਰ ਦਾ ਏ ਕੁਐਸਚਨ ਪੇਪਰ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਜੀ ਇਹ ਜੋ ਕੁਐਸਚਨ ਪੇਪਰ ਹੈ ਜੀ ਜੋ ਲਾਸਟ ਟਾਈਮ ਦੇ ਵਿੱਚ ਐਗਜ਼ਾਮ ਹੋਏ ਸੀ ਜੂਨ ਜੁਲਾਈ 2022 ਦੇ ਵਿੱਚ ਇਹ ਉਹ ਵਾਲਾ ਕੁਐਸਚਨ ਪੇਪਰ ਹੈ ਜੀ ਜਰੂਰ ਹੈਲਪਫੁਲ ਰਹੇਗੀ ਵੀਡੀਓ ਬੀਏ ਬੀਐਸਸੀ ਜਨਰਲ 6 ਸੈਮੈਸਟਰ ਦੇ ਸਟੂਡੈਂਟਸ ਦੇ ਲਈ ਸੋ ਵੀਡੀਓ ਨੂੰ ਜਰੂਰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਕੁਐਸਚਨ ਪੇਪਰ ਇਸ ਵੀਡੀਓ ਦੇ ਵਿੱਚ ਕੰਪਲੀਟ ਮਿਲ ਸਕੇ ਸੋ ਉਸ ਟਾਈਮ ਦੇ ਵਿੱਚ ਐਗਜ਼ਾਮ ਸੀ ਆਫਲਾਈਨ ਹੋਏ ਸੀਗੇ ਸੋ ਤੁਹਾਡਾ ਇਹ ਵਾਲਾ ਜੋ ਐਗਜ਼ਾਮ ਹੈ ਜੀ ਇਹ 22 ਮਾਰਕਸ ਦਾ ਹੁੰਦਾ ਹੈ ਤੇ 3 ਘੰਟਿਆਂ ਦਾ ਟਾਈਮ ਤੁਹਾਡੇ ਕੋਲ ਹੁੰਦਾ ਜੀ ਇਹਨੂੰ ਕੰਪਲੀਟ ਕਰਨ ਦੇ ਲਈ ਸੋ ਇਹਨਾਂ ਨੇ ਨੋਟ ਲਿਖਿਆ ਜੀ ਅਟੈਂਪਟ 5 ਕੁਐਸਚਨ ਇਨ ஆல் ਸਿਲੈਕਟਿੰਗ ਐਟ ਲੀਸਟ 1 ਕੁਐਸਚਨ ਈਚ ਫ্রম ਯੂਨਿਟ 1 ਟੂ ਯੂਨਿਟ 4 ਕੁਐਸਚਨ ਨੰਬਰ 1 ਇਜ਼ ਕੰਪਲਸਰੀ ਸੋ ਜੋ ਕੁਐਸਚਨ ਨੰਬਰ 1 ਹੈ ਜੀ ਉਹ ਕੰਪਲਸਰੀ ਹੈ ਤੇ ਬਾਕੀ ਦੇ ਵਿੱਚੋਂ ਤੁਸੀਂ 4 ਜੋ ਯੂਨਿਟ ਹੋਣਗੇ ਉਹਦੇ ਵਿੱਚੋਂ ਤੁਸੀਂ ਇੱਕ ਕੁਐਸਚਨ ਦਾ ਆਨਸਰ ਦੇਣਾ ਹੁੰਦਾ ਹੈ ਜੀ ਸੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੀ ਕੁਐਸਚਨ ਨੰਬਰ 1 ਇਜ਼ ਕੰਪਲਸਰੀ ਹੈ ਜੀ ਇਹਦੇ ਵਿੱਚ ਇਹਨਾਂ ਨੇ A B C ਤਿੰਨ ਤੁਹਾਨੂੰ ਕੁਐਸਚਨ ਪੁੱਛਿਆ ਜੀ ਸਾਰੇ ਕੁਐਸਚਨ ਦੇ ਆਨਸਰ 2 2 ਮਾਰਕਸ ਦੇ ਹੈ ਜੀ ਇਹਦੇ ਵਿੱਚ ਤੁਹਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਹੈਗੀ ਸਾਰਾ ਇਹਦਾ ਸਾਰਾ ਇਹਦਾ ਹੀ ਤੁਹਾਨੂੰ ਆਨਸਰ ਦੇਣਾ ਪੈਂਦਾ ਹੈ ਜੀ ਤੁਸੀਂ ਜੇਕਰ ਕਿਸੇ ਵੀ ਕੁਐਸਚਨ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਛੱਡ ਦਿਨੇ ਹੋ ਤਾਂ ਤੁਹਾਡੇ ਤੁਹਾਡੇ ਮਾਰਕਸ ਕੱਟ ਜਾਣਗੇ ਜੀ ਸੋ ਸਾਰਾ ਜਿਹੜਾ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੁੰਦਾ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਯੂਨਿਟ 1 ਯੂਨਿਟ 1 ਸ਼ੋ ਹੋ ਰਿਹਾ ਜੀ ਤੁਹਾਨੂੰ ਸਕਰੀਨ ਤੇ ਯੂਨਿਟ 1 ਦੇ ਵਿੱਚ 2 ਕੁਐਸਚਨ ਪੁੱਛੇ ਗਏ ਆ ਜੀ ਕੁਐਸਚਨ ਨੰਬਰ 2 ਤੇ ਕੁਐਸਚਨ ਨੰਬਰ 3 ਇੰਨਾ ਦੋਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਇੱਕ ਕੁਐਸਚਨ ਦਾ ਆਨਸਰ ਦੇਣਾ ਹੁੰਦਾ ਜੀ ਤੁਹਾਡਾ ਆਨਸਰ 4 ਮਾਰਕਸ ਦਾ ਹੁੰਦਾ ਹੈ ਸੋ ਨੈਕਸਟ ਗੱਲ ਕਰਦੇ ਆ ਜੀ ਯੂਨਿਟ 2 ਇਸ ਸਕਰੀਨ ਤੇ ਤੁਹਾਨੂੰ ਯੂਨਿਟ 2 ਸ਼ੋ ਕਰ ਰਿਹਾ ਜੀ ਸੋ ਇਹ ਵੀ ਤੁਹਾਡਾ 4 ਮਾਰਕਸ ਦਾ ਹੁੰਦਾ ਹੈ ਜੀ ਇੱਕ ਆਨਸਰ 4 ਕੁਐਸਚਨ ਨੰਬਰ 4 ਤੇ ਕੁਐਸਚਨ ਨੰਬਰ 5 ਦੇ ਵਿੱਚੋਂ ਕੋਈ ਵੀ ਤੁਸੀਂ ਇੱਕ ਕਰਨਾ ਹੁੰਦਾ ਜੀ 4 ਮਾਰਕਸ ਦਾ ਸੋ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ ਨੈਕਸਟ ਆ ਜਾਂਦਾ ਜੀ ਤੁਹਾਡਾ ਯੂਨਿਟ 3 ਤੇ ਯੂਨਿਟ 4 ਤੁਹਾਨੂੰ ਸ਼ੋ ਕਰ ਰਿਹਾ ਜੀ ਸਕਰੀਨ ਤੇ ਇਹ ਹੈ ਜੀ ਤੁਹਾਡਾ ਕੁਐਸਚਨ ਪੇਪਰ ਬੀਏ ਪੀਐਸਸੀ ਜਰਨਲ ਦਾ 6 ਸਮੈਸਟਰ ਦਾ ਕੁਐਸਚਨ ਪੇਪਰ ਹੈ ਜੀ ਤੁਸੀਂ ਜੇਕਰ ਸਕਰੀਨ ਸ਼ੂਟ ਲੈਣਾ ਚਾਹੁੰਦੇ ਆ ਤਾਂ ਤੁਸੀਂ ਲੈ ਸਕਦੇ ਹੋ ਜੇਕਰ ਨੋਟ ਕਰਨਾ ਚਾਹੁੰਦੇ ਆ ਤਾਂ ਨੋਟ ਕਰ ਲਓ ਸੋ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਜੋ ਮੇਰੀ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਸੀਗਾ ਜੀ ਸੋ ਮੈਂ ਇੱਕ ਵਾਰੀ ਫੇਰ ਤੁਹਾਨੂੰ ਸ਼ੋ ਕਰਦੀਆਂ ਜੀ ਇਹ ਸੀਗਾ ਜੀ ਯੂਨਿਟ 2 ਸੋ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ ਸੀਗਾ ਜੀ ਤੁਹਾਡਾ ਯੂਨਿਟ 1 ਯੂਨਿਟ 1 ਤੁਹਾਨੂੰ ਸ਼ੋ ਕਰ ਰያ ਜੀ ਉਸ ਤੋਂ ਬਾਅਦ ਆ ਜਾਂਦੇ ਜੀ ਜੀ ਤੁਹਾਡੇ ਸੀ ਸਟਾਰਟ ਫਰਸਟ ਦੇ ਵਿੱਚ ਤੁਹਾਡੇ ਸ਼ਾਰਟ ਕੁਐਸਚਨ ਲਗਾ ਲੋ ਇਹਨਾਂ ਤੁਸੀਂ ਸੋ ਇਹ ਸੀ ਕੁਐਸਚਨ 1 ਇਜ਼ ਕੰਪਲਸਰੀ ਤੇ ਤੁਸੀਂ ਯੂਨਿਟ 1 ਤੋਂ ਲੈ ਕੇ 4th ਤੱਕ ਤੁਸੀਂ ਦੋ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜੀ ਉਹਨਾਂ ਦੇ ਵਿੱਚੋਂ ਵੀ ਤੁਸੀਂ ਕਿਸੇ ਇੱਕ ਦਾ ਆਨਸਰ ਦੇਣਾ ਹੁੰਦਾ ਹੈ ਇਹ ਸੀਗਾ ਜੀ ਤੁਹਾਡਾ ਕੁਐਸਚਨ ਪੇਪਰ ਕੈਮਿਸਟਰੀ ਦਾ ਇਨ ਆਰ ਇਨ ਆਰਗੈਨਿਕ ਕੈਮਿਸਟਰੀ ਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਸੀ ਜੇਕਰ ਉਸ ਤੋਂ ਬਾਅਦ ਮੈਂ ਗੱਲ ਕਰਾਂਗੀ ਮੈਂ ਕਿਹੜਾ ਕੁਐਸਚਨ ਪੇਪਰ ਤੇ ਤੁਹਾਡੇ ਲਈ ਵੀਡੀਓ ਬਣਾਵਾਂਗੀ ਤਾਂ ਮੈਂ ਵੀਡੀਓ ਬਣਾਉਣ ਜਾ ਰਹੀ ਹਾਂ ਜੀ ਨੈਕਸਟ ਤੁਹਾਡੇ ਲਈ ਨੈਕਸਟ ਤੁਹਾਡਾ ਕੁਐਸਚਨ ਪੇਪਰ ਹੈ ਜੀ ਕੈਮਿਸਟਰੀ ਦਾ ਹੀ ਹੈ ਜੀ ਸੋ ਮੇਬੀ ਇਹ ਸੇਮ ਹੋ ਰਿਹਾ ਜੀ ਸੋ ਇਹ ਹੈ ਜੀ ਕੈਮਿਸਟਰੀ ਦਾ ਆਰਗੈਨਿਕ ਕੈਮਿਸਟਰੀ ਬੀ ਹੈ ਜੀ ਇਹ ਵੀ ਤੁਹਾਡਾ ਕੁਐਸਚਨ ਪੇਪਰ اے ਬੀ ਐਸ ਸੀ ਮਾਈਕਰੋਬਾਇਲ ਐਂਡ ਫੂਡ ਟੈਕਨੋਲੋਜੀ ਦਾ ਹੈ ਜੀ ਸੋ ਇਹਦੇ ਤੇ ਵੀ ਮੈਂ ਜਲਦ ਵੀਡੀਓ ਬਣਾ ਦੇਵਾਂਗੀ ਨੈਕਸਟ ਵੀ ਜੋ ਕੁਐਸਚਨ ਪੇਪਰ ਹੈ ਜਿੰਨੇ ਵੀ ਕੁਐਸਚਨ ਪੇਪਰ ਹੈ ਜੀ ਮੇਰੇ ਕੋਲ ਸੋ ਸਭ ਤੇ ਮੈਂ ਵੀਡੀਓ ਬਣਾਵਾਂਗੀ ਸੋ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ